ਆਪਣੀਆਂ ਜੜ੍ਹਾਂ ਨਾਲ ਜੁੜੋ ਪ੍ਰੋਗਰਾਮ ਦੇ ਤਹਿਤ ਇੰਗਲੈਂਡ ਤੋਂ ਆਏ 14 ਪ੍ਰਵਾਸੀ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਦਾ ਪਹਿਲਾ ਗਰੁੱਪ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਪਹੁੰਚਿਆ। ਇਸ ਗਰੁੱਪ ਨੇ ਫਤਿਹਗੜ੍ਹ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਪੰਜਾਬੀ ਨੌਜਵਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਰਕਾਰ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਨੈਕਟਡ ਵਿਦ ਯੂਅਰ ਰੂਟਸ, ਜਿਹੜੇ ਇੰਗਲੈਂਡ ਤੋਂ ਡੈਲੀਗੇਟਸ ਆ ਰਹੇ ਹੈ, ਬੱਚੇ ਆ ਰਹੇ ਹੈ, ਪੰਜਾਬ ਦੇ ਸੱਭਿਆਚਾਰ ਨੂੰ ਦੇਖਣ, ਆਪਣੀ ਧਰਤੀ ਨੂੰ ਦੇਖਣ, ਜਿੱਦਾਂ ਹੁਣ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਆਉਣਾ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਹੁਤ ਚੰਗੀ ਗੱਲ ਹੈ। ਮੈਂ ਜੋ ਵੀ ਬੱਚੇ ਜਿਹੜੇ ਆਉਂਦੇ ਨੇ ਬਾਹਰਲੇ ਦੇਸ਼ਾਂ ਦੇ ਉੱਤੋਂ, ਅਤੇ ਕਿਉਂਕਿ ਬੱਚਿਆਂ ਦਾ ਜਿਹੜਾ ਉੱਥੇ ਪੜ੍ਹੇ ਹੁੰਦੇ ਨੇ ਔਰ ਉੱਥੇ ਸੱਭਿਆਚਾਰ 'ਚ ਰਹੇ ਹੁੰਦੇ ਨੇ, ਅਤੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਸਾਡੇ ਵਿਰਸੇ ਦੀ ਜਿਹੜੀ ਹੈ ਜਾਣਕਾਰੀ ਹੋਵੇ, ਸਿੱਖ ਵਿਰਸੇ ਦੀ ਜਾਣਕਾਰੀ ਮਿਲਣੀ ਚਾਹੀਦੀ ਹੈ, ਸਿੱਖ ਇਤਿਹਾਸ ਬਾਰੇ ਜਿਹੜਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਅਤੇ ਗੁਰਮਤਿ ਦਾ ਗਿਆਨ ਹੋਣਾ ਚਾਹੀਦਾ। ਮੈਂ ਸਮਝਦਾ ਇਹ ਚੰਗੀਆਂ ਗੱਲਾਂ ਨੇ ਕਿ ਇਸ ਪਾਸੇ ਉਹਨਾਂ ਨੂੰ ਥੋੜ੍ਹਾ ਜਿਹਾ ਗਿਆਨ ਹੋਵੇ, ਗੁਰਮਤਿ ਬਾਰੇ ਪਤਾ ਲੱਗੇ, ਤਾਂ ਕਿ ਉਹ ਸਿੱਖ ਵਿਰਸੇ ਨਾਲ ਜੁੜਨ। ਵੈਸੇ ਵੀ ਜਿਹੜੇ ਬਾਹਰਲੇ ਸਾਡੇ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ, ਔਰ ਉਹਨਾਂ ਨੂੰ ਇਹ ਵੀ ਆ ਸਾਡੇ ਬੱਚੇ ਨੇ ਜਿਹੜੇ, ਉਹਨਾਂ ਨੂੰ ਪੂਰੀ ਸਾਡੀ ਸਿੱਖ ਇਤਿਹਾਸ ਦੀ ਜਾਣਕਾਰੀ ਹੋਵੇ, ਸਿੱਖ ਵਿਰਸੇ ਦੀ ਜਾਣਕਾਰੀ ਹੋਵੇ। ਸੋ ਬਹੁਤ ਚੰਗੀ ਗੱਲ ਹੈ ਸਾਡੇ ਇੱਥੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਉਹਨਾਂ ਨੂੰ ਸਾਰੇ ਸਾਡੇ ਸਿੱਖ ਇਤਿਹਾਸ ਦਾ ਅਤੇ ਸਿੱਖ ਵਿਰਸੇ ਦਾ ਗਿਆਨ ਹੋਵੇ। ਚਿਹਰੇ 'ਤੇ ਜਿਹੜੀ ਰੌਣਕ ਹੈਗੀ ਆ ਉਹ ਦੱਸਦੀ ਹੈ ਵੀ ਵਾਕਈ ਇਹ ਜਿਹੜੀਆਂ ਉਹ ਹੁੰਦੀਆਂ ਨਾ ਆਪਣੀ ਰੂਟਸ ਨਾਲ ਪਿਆਰ ਹੁੰਦਾ, ਉਹ ਝਲਕ ਰਿਹਾ, ਦਿਖ ਰਿਹਾ ਵੀ ਦੇ ਕੰਮ ਹੈ, ਇਹ ਇੰਜੋਏ ਕਰ ਰਹੇ ਆ। ਮੈਂ ਪਹਿਲਾਂ ਸਵਾਲ ਹੀ ਇਹ ਸੀਗਾ ਇਹਨਾਂ ਨਾਲ। ਸੋ ਇਹ ਬੜੇ ਅੱਛੇ ਇਹਨਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਆ ਕਈ ਗੱਲਾਂ ਬਾਰੇ, ਕੁਛ ਇਹਨਾਂ ਨੂੰ ਗਲਤ ਫਹਿਮੀਆਂ ਸੀਗੀਆਂ। ਇੱਥੇ ਆ ਕੇ ਇਹਨਾਂ ਨੇ ਸੀਨੀਅਰ ਅਫਸਰ ਨਾਲ ਇੰਟਰੈਕਸ਼ਨ ਹੋਈ ਹੈ, CM ਸਾਹਿਬ ਨੂੰ ਵੀ ਮਿਲਣਾ ਇਹਨਾਂ ਨੇ 15 ਅਗਸਤ ਨੂੰ ਲੁਧਿਆਣੇ, DGP ਸਾਹਿਬ ਨੂੰ ਮਿਲ ਕੇ ਆਏ ਆ ਚੰਡੀਗੜ੍ਹ। ਸੋ ਉੱਥੇ ਸਾਰੇ ਇਹਨਾਂ ਨੇ ਆਪਣੇ ਜਿਹੜੇ ਕੋਈ ਡਾਊਟ ਸੀਗੇ ਉਹ ਵੀ ਕਲੈਰੀਫਾਈ ਕੀਤੇ ਆ, ਅੱਜ ਮੇਰੇ ਨਾਲ ਵੀ ਗੱਲਬਾਤ ਹੋਈ ਹੈ ਜੀ। ਸੋ ਇਹ ਹੈ ਕਿ ਇਹਦੇ ਨਾਲ ਕੀ ਹੈਗਾ ਅਤੇ ਜਿਹੜਾ ਇੱਕ ਸਾਡਾ ਬੌਂਡ ਹੈ ਬਿਟਵੀਨ ਪੰਜਾਬ ਐਂਡ ਦਾ ਪੰਜਾਬੀ ਡਾਇਸਪੋਰਾ, ਜਿਹੜਾ ਸਾਡੇ ਪੰਜਾਬੀ ਬਾਹਰ ਵਸੇ ਹੋਏ ਆ ਉਹਨਾਂ ਦੇ ਵਿੱਚ ਜਿਹੜਾ ਬੌਂਡ ਆ ਉਹ ਹੋਰ ਮਜ਼ਬੂਤ ਹੋਏਗਾ। ਪੰਜਾਬ ਬਾਰੇ ਇਹਨਾਂ ਨੂੰ ਹੁਣ ਜਿਹੜੀ ਕਲੈਰਿਟੀ ਹੋ ਗਈ ਹੈ ਇਹ ਉੱਥੇ ਜਾ ਕੇ ਆਪਣੇ ਜਿਹੜੇ ਇਹਨਾਂ ਦੇ ਸਾਥੀ ਉੱਥੇ ਹੈਗੇ ਆ ਹੋਰ ਉਹਨਾਂ ਨੂੰ ਦੱਸਣਗੇ ਜੀ। ਔਰ ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਪੰਜਾਬ ਔਰ ਜਿਹੜੇ ਪੰਜਾਬੀ ਬਾਹਰ ਵਸੇ ਹੋਏ ਆ ਇਹਨਾਂ ਦਾ ਆਪਸ ਦਾ ਜਿਹੜਾ ਬੌਂਡ ਹੈ ਉਹ ਹੋਰ ਮਜ਼ਬੂਤ ਹੋਏਗਾ। ਜਿਹੜਾ ਫਸਟ ਆਫ ਆਲ ਇਸ ਤਰ੍ਹਾਂ ਉਹਨੇ ਕੋਲ CM ਸਾਹਿਬ ਬਹੁਤ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਹ ਪ੍ਰੋਗਰਾਮ ਸ਼ੁਰੂ ਕੀਤਾ ਔਰ ਬੱਚਿਆਂ ਨੂੰ ਆਪਣੇ ਰੂਟਸ ਨਾਲ ਜੋੜਿਆ, ਔਰ ਬੱਚਿਆਂ ਨੂੰ ਜਿਹੜੇ ਡਾਊਟ ਸੀਗੇ ਕਈ ਸਾਡੇ ਉੱਥੇ ਜਿਹੜਾ ਕਿ ਗਲਤ ਦੱਸਿਆ ਜਾਂਦਾ ਬੱਚਿਆਂ ਨੂੰ, ਮੇਨ ਮਕਸਦ ਜਿਹੜਾ ਤੁਸੀਂ ਸਵਾਲ ਤੁਹਾਡਾ ਹੈਗਾ ਕਿ ਉਹਨਾਂ ਦਾ ਕਿ ਪਰਪਸ ਕੀ ਆ, ਉਹਨਾਂ ਨੂੰ ਪੰਜਾਬ ਬਾਰੇ, ਪੰਜਾਬ ਦੀ ਅਸਲੀਅਤ ਬਾਰੇ, ਉਸ ਪੰਜਾਬੀਅਤ ਬਾਰੇ ਦੱਸਣਾ। ਔਰ ਉਹ ਜਿੰਨਾ ਵੀ ਜਿੱਦਾਂ ਜਿੱਦਾਂ ਸਾਨੂੰ ਦਿਨ ਵਧੀ ਘਟੀ ਜਾਂਦੇ ਆ, ਵਧਣ ਨੂੰ ਨਹੀਂ ਕਹੂੰਗਾ ਮੈਂ ਘਟੀ ਜਾਂਦੇ ਆ, ਸਾਡਾ ਦਿਲ ਹੋਰ ਵੀ ਖੁਸ਼ੀ ਨਾਲ ਯਾਨੀ ਵੱਡਾ ਹੋ ਰਿਹਾ ਆ। ਐਂਡ ਅਦਰ ਥਿੰਗ ਕਿ ਸਾਡੇ ਜਿੰਨੇ ਡਾਊਟ ਸੀਗੇ, ਜਿੰਨੇ ਕੁਸ਼ਚਨ ਸੀਗੇ, ਦੇ ਹੈਵ ਬੀਨ ਆਨਸਰਡ ਵੈਰੀ ਹੰਬਲੀ, ਔਰ ਅਸੀਂ ਉਸ ਆਨਸਰ ਤੋਂ ਇੰਨੇ ਖੁਸ਼ ਹਾਂ ਔਰ ਬੱਚੇ ਵੀ ਕਾਫੀ ਖੁਸ਼ ਆ। ਔਰ ਅਸੀਂ ਆਹ ਜਾ ਕੇ ਜਿਹੜੇ 14 ਬੱਚੇ ਆ ਮੇਰੇ ਨਾਲ ਅੱਜ ਆਏ ਨੇ, ਆਹ 14 ਬੱਚੇ ਮੇਰੇ ਅੰਬੈਸਡਰ ਬਣ ਕੇ ਉੱਥੇ CYI ਸਕੀਮ ਨੂੰ ਹੋਰ ਵੀ ਡਬਲ ਟ੍ਰਿਪਲ ਕਰਕੇ ਅਸੀਂ ਹੋਰ ਵੀ ਡੈਲੀਗੇਸ਼ਨਾਂ ਲੈ ਕੇ ਆਵਾਂਗੇ, ਔਰ ਪੰਜਾਬ ਦੇ ਲਈ ਜਿੰਨਾ ਵੀ
ਸਾਡਾ ਸਾਡੇ ਬੱਚਿਆਂ ਦਾ ਯੋਗਦਾਨ ਚਾਹੀਦਾ ਹੋਵੇ ਓਨਾ ਹੀ ਪਾਵਾਂਗੇ। ਮੇਰਾ ਨਾਮ ਹਨਰਦੀਪ ਆ। ਹੁਨਰ ਕਿੱਦਾਂ ਦਾ ਲੱਗਿਆ ਤੁਹਾਨੂੰ ਪੰਜਾਬ? ਮੈਂ ਪਹਿਲਾਂ ਵੀ ਆ ਚੁੱਕਿਆ ਪੰਜਾਬ, ਤਾਂ ਮੈਨੂੰ ਲੱਗਦਾ ਕਿ ਕਿਉਂਕਿ ਜੇ ਮੈਂ ਪਹਿਲਾਂ ਆਉਣਾ ਪਰ ਮੈਂ ਆਪਣੀ ਸਿਰਫ ਫੈਮਿਲੀ ਨੂੰ ਮਿਲ ਕੇ ਚੱਲ ਜਾਂਦਾ, ਪਰ ਹੁਣ ਮੈਨੂੰ ਕਿਉਂਕਿ ਲੱਗਦਾ ਕਿ ਚੱਲ ਮੈਂ ਹੁਣ ਇਹਨਾਂ ਦਾ ਨਾਲ ਆਇਆ ਸਾਰੇ ਨਾਲ, ਮੈਨੂੰ ਲੱਗਦਾ ਕਿ ਮੈਂ ਹੋਰ ਵੀ ਚੀਜ਼ਾਂ ਹੁਣ ਦੇਖ ਚੁੱਕਿਆ, ਜਿਵੇਂ ਕਿ ਹੁਣ ਗੁਰਦੁਆਰੇ ਜਾ ਚੁੱਕਿਆ ਜਿਹੜਾ ਮੈਂ ਪਹਿਲਾਂ ਕਦੀ ਗਿਆ ਨਹੀਂ ਹੋਇਆ। ਮੈਨੂੰ ਐਵੇਂ ਲੱਗਦਾ ਕਿ ਹੁਣ ਮੈਂ ਜਿਵੇਂ ਕਿ ਹੋਰ ਕਨੈਕਟਿਡ ਆਪਣੇ ਪੰਜਾਬ ਨਾਲ, ਆਪਣੇ ਕਲਚਰ ਨਾਲ। ਕਿੰਨੀ ਦੇਰ ਬਾਅਦ ਆਏ ਮੈਨੂੰ? ਹੋ ਗਏ 2 ਸਾਲ। ਪਿਛਲੇ ਸਾਲ ਤੋਂ ਮੈਂ ਪਹਿਲਾਂ ਆਇਆ ਸੀ, ਤਾਂ ਬਸ ਆਪਣੇ ਫੈਮਿਲੀ ਨੂੰ ਮਿਲ ਕੇ ਚਲੇ ਗਿਆ ਸੀ, ਜਿਵੇਂ ਮੈਂ ਕਿਹਾ ਸੀ ਪਹਿਲਾਂ ਕਿ ਹੁਣ ਮੈਨੂੰ ਤਾਂ ਮੈਂ ਇਹਨਾਂ ਨਾਲ ਆਇਆ, ਹੁਣ ਮੈਂ ਮੋਰ ਕਨੈਕਟਿਡ ਫੀਲ ਕਰਦਾ, ਕਿਉਂਕਿ ਅਸੀਂ ਜਿਵੇਂ ਗੁਰਦੁਆਰੇ ਜਿਵੇਂ ਹੋਰ ਵੀ ਜਗ੍ਹਾ ਜਿਵੇਂ ਜਿੱਥੇ ਜੋ ਮੈਂ ਪਹਿਲਾਂ ਦੇਖਿਆ ਨਹੀਂ ਹੋਇਆ, ਜੋ ਮੈਨੂੰ ਪਤਾ ਨਹੀਂ ਸੀ, ਹੁਣ ਮੈਂ ਦੇਖ ਚੁੱਕਿਆ, ਮੈਨੂੰ ਹੋਰ ਕਨੈਕਟਿਡ ਫੀਲ ਹੁੰਦਾ। ਕਿੱਦਾਂ ਦਾ ਲੱਗਿਆ ਪੰਜਾਬ? ਪਰ ਲੈ ਕੇ ਮੈਨੂੰ ਕਿੰਨਾ ਕੁਛ ਸਿੱਖਣ ਨੂੰ ਮਿਲਿਆ, ਜਿਹੜੀ ਚੀਜ਼ਾਂ ਮੈਨੂੰ ਨਹੀਂ ਪਤਾ ਸੀ, ਨਾ ਤਾਂ ਮੈਂ ਕਦੇ ਪੜ੍ਹੀਆਂ, ਸਿੱਖਣ ਨੂੰ ਕਾਫੀ ਮਿਲਿਆ। ਜਿਹੜੇ ਬੱਚੇ ਅੱਜ ਦੀ ਜਨਰੇਸ਼ਨ ਜਿਹੜੀ ਪੰਜਾਬ ਛੱਡ ਕੇ ਬਾਹਰ ਜਾਂਦੀ ਹੈ ਪੜ੍ਹਨ ਜਾਂਦੀ ਹੈ, ਉੱਥੇ ਪੀ ਆਰ ਹੋ ਜਾਂਦੀ ਹੈ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਚੱਲ ਆਪਣੇ ਕਲਚਰ ਨਾਲ ਲਿਆ ਕਰੋ, ਲਾਈਕ ਆਪਣੇ ਕਲਚਰ ਭੁੱਲਿਆ ਨਾ ਕਰੋ, ਉਹ ਇਸ ਟਿਕ ਟੂ ਯੂਰ ਕਲਚਰ, ਬਸ ਆਪਣੇ ਕਲਚਰ ਨੂੰ ਕਦੇ ਭੁੱਲਿਆ ਨਾ ਕਰੋ, ਨਾਲ ਐਕਸਪਲੋਰ ਕਰੋ, ਲਾਈਕ ਕਨੈਕਟ ਯੂ ਵਿਦ ਸਟਫ। ਕਿੱਦਾਂ ਦਾ ਲੱਗਿਆ ਪੰਜਾਬ? ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਵਧੀਆ ਲੱਗੀਆਂ ਪੰਜਾਬ 'ਚ? ਗੁਰਦੁਆਰਾ ਜਾਣਾ, ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਕੀ ਜਨਰੇਸ਼ਨ ਨੂੰ ਤੁਸੀਂ ਜਿਹੜੀ ਫਾਰਮ ਦੇ ਵਿੱਚ? ਮੈਂ ਕਹਿੰਦੀ ਪੰਜਾਬ ਇੰਨਾ ਬੁਰਾ ਨਹੀਂ ਹੈਗਾ ਕਿ ਤਾਂ ਮੀਡੀਆ 'ਚ ਦਿਖਾਉਣਾ, ਐਂਡ ਕਿਹੜੇ ਬੱਚੇ ਹੈਗੇ ਮੇਨ ਜਨਰੇਸ਼ਨ ਹੈ ਉਹ ਟਰਾਈ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਮਿਲਣ ਨੂੰ ਲੋਕਾਂ ਨੂੰ ਗੱਲ ਕਰਨ, ਉਹ ਠੀਕ ਹੋਊਗਾ। ਥੈਂਕ ਯੂ। ਸ਼ਾਮ ਲੈ ਜੀ।